ਆਤਵਾਦੀ ਸੰਗਠਨਾਂ ਦੇ ਫੰਡਾਂ ਤੇ ਨੱਥ ਪਾਉਣ ਲਈ ਨਵੀਂ ਰਣਨੀਤੀ ਵੱਜੂ ਰਾਸ਼ਟਰੀ ਜਾਂਚ ਏਜੰਸੀ NIA ਦੀ ਵਿਸ਼ੇਸ਼ ਅਦਾਲਤ ਪੰਚਕੁਲਾ ਨੇ ਪਾਕਿਸਤਾਨ ਵਿੱਚ ਰਹਿ ਰਹੇ ਸੂਚੀਬੱਧ ਖਾਲਿਸਤਾਨੀ ਆਤਵਾਦੀ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ ਤੇ 4 ਸਹਿਯੋਗੀਆਂ ਦੀ ਜਾਇਦਾਦ ਜ਼ਬਤ ਕਰ ਲਈਏ। ਇਹ ਪਹਿਲੀ ਵਾਰ ਹੈ ਜਦੋਂ ਐਨਆਈਏ ਨੇ ਆਤਵਾਦੀ ਫੰਡ ਵੱਜੋਂ ਅਟੈਚ ਕੀਤੇ ਜਾਣ ਤੋਂ ਬਾਅਦ ਯੂਪੀਆਈ ਤਹਿਤ ਆਤਵਾਦੀਆਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਮੰਗ ਕੀਤੀ ਹੈ। ਰਾਸ਼ਟਰੀ ਜਾਂਚ ਏਜੰਸੀ ਐਨਆਈਏ ਨੇ ਆਤਵਾਦੀ ਸੰਗਠਨਾਂ ਦੇ ਨਾਲ-ਨਾਲ ਉਨ੍ਹਾਂ ਦੇ ਕਾਰਕੁਨਾਂ ਅਤੇ ਸਹਿਯੋਗੀਆਂ ਨੂੰ ਮਿਲਣ ਵਾਲੇ ਫੰਡ ਦੇ ਸਰੋਤਾਂ ਨੂੰ ਖਤਮ ਕਰਨ ਵੱਜੋਂ ਇਹ ਰਣਨੀਤੀ ਅਪਣਾਈ ਹੈ। ਏਜੰਸੀ ਪਹਿਲਾਂ ਹੀ ਕਈ ਆਤਵਾਦੀਆਂ ਦੀਆਂ ਜਾਇਦਾਦਾਂ ਗੁਰਕ ਕਰ ਚੁੱਕੀ ਹੈ ਤੇ ਉਨ੍ਹਾਂ ਨੂੰ ਜ਼ਬਤ ਕਰਨ ਦੀ ਪ੍ਰਕਿਰਿਆ ਵੱਖ-ਵੱਖ ਅਦਾਲਤਾਂ ਵਿੱਚ ਚੱਲ ਰਹੀ ਹੈ। ਤਾਜ਼ਾ ਕੇ ਸੁਇਸਟ ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ 7.8 ਲੱਖ ਰੁਪਏ ਨਗਦ ਅਤੇ ਕਾਰਸਨੇ ਜਾਇਦਾਦ ਨੂੰ ਜ਼ਬਤ ਕਰਨ ਦੀ ਮੰਗ ਕਰਨ ਦੀ ਅਰਜ਼ੀ ਨੂੰ ਮਨਜ਼ੂਰ ਕਰ ਲਈ ਜਿਕਯੂਕੇ ਕੇਸ ਦੀ ਵਰਤੋਂ ਮੁਲਜ਼ਮਾਂ ਵੱਲੋਂ ਪੂਰੇ ਦੇਸ਼ ਵਿੱਚ ਹਥਿਆਰਾਂ ਗੋਲਾ ਬਾਰੂਦ ਵਿਸਫੋਟਕ ਅਤੇ ਨਸ਼ੀਲੇ ਪਦਾਰਥਾਂ ਦੀ ਟੋਆ ਟੋਆਈ ਲਈ ਕੀਤੀ ਜਾਂਦੀ ਸੀ